हेलो स्टूडेंट्स वेलकम टू माय YouTube चैनल आज ਦਾ ਸਾਡਾ ਟੌਪਿਕ ਹੈਗਾ ਨਰਸਿੰਗ ਡਾਇਗਨੋਸਿਸ ਔਨ ਹਿਮੋਫੀਲੀਆ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਨਹੀਂ ਕੀਤਾ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਮੇਰੇ ਇਸ ਚੈਨਲ ਦੇ ਉੱਪਰ ਤੁਹਾਨੂੰ ਅਲੱਗ-ਅਲੱਗ ਡਿਸੀਜ਼ ਕੰਡੀਸ਼ਨ ਦੇ ਉੱਪਰ ਨਰਸਿੰਗ ਡਾਇਗਨੋਸਿਸ ਮਿਲਣਗੇ ਕੇਅਰ ਪਲਾਨ ਮਿਲਣਗੇ ਤੇ ਕੁਝ ਕੁ ਟਾਪਿਕ ਜੋ ਮੈਂ ਡਿਸਕਸ ਕੀਤੀ ਹੋਈ ਉਹਨਾਂ ਦੀਆਂ ਵੀਡੀਓਜ਼ ਵੀ ਮੈਂ ਪ੍ਰੋਵਾਈਡ ਕਰ ਰਹੀ ਹਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੀਆਂ-ਕਿਹੜੀਆਂ ਡਿਸੀਜ਼ ਕੰਡੀਸ਼ਨ ਦੇ ਉੱਪਰ ਡਾਇਗਨੋਸ ਚਾਹੀਦੇ ਹੈਗੇ ਆ ਜਾਂ ਮੈਂ ਕੁਝ ਹੋਰ ਟਾਪਿਕ ਦੇ ਵਿੱਚ ਐਡ ਕਰ ਸਕਦੀ ਹੈਗੀ ਆ ਜਾਂ ਕੁਝ ਵੀ ਜੋ ਤੁਹਾਡੇ ਵਿਊ ਹੈਗੇ ਆ ਜਰੂਰ ਦਿਓ ਇਸ ਦੇ ਵਿੱਚ ਮੈਂ ਨਰਸਿੰਗ ਡਾਇਗਨੋਸ ਸਿਰਫ ਇਨ ਲਿਸਟ ਕੀਤੀ ਹੈਗੀ ਆ ਜਿਹੜੇ ਇਨ ਨੂੰ ਐਕਸਪਲੇਨੇਸ਼ਨ ਇਹਨਾਂ ਦੀ ਅਕੋਰਡਿੰਗ ਟੂ ਪ੍ਰਾਇਓਰਟੀ ਮੈਂ ਨੈਕਸਟ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗੀ ਜਿੱਦਾਂ ਕਿ ਅਲਟਰਡ ਬਾਡੀ ਟੈਂਪਰੇਚਰ ਹਨਾ ਲੈਕ ਆਫ ਨੋਲਿਜ ਅਕਿਊਟ ਪੇਨ ਇਹ ਕਾਮਨ ਜੇ ਡਾਇਗਨੋਸ ਹੁੰਦੇ ਹੈਗੇ ਆ ਜਿਹੜੇ ਅਸੀਂ ਹਰੇਕ ਡਿਸੀਜ਼ ਕੰਡੀਸ਼ਨ ਦੇ ਵਿੱਚ ਯੂਜ਼ ਕਰ ਸਕਦੇ ਆ ਅਕੋਰਡਿੰਗ ਟੂ ਡਿਸੀਜ਼ ਦੇ ਵਿੱਚ ਹਨਾ ਤੇ ਜਿਹੜੇ ਇਹ ਮੈਂ ਸ਼ਾਰਟ ਦੇ ਵਿੱਚ ਲਿਖੇ ਹੋਏ ਹੈਗੇ ਆ ਜਿੱਦਾਂ ਕਿ ਜਿਹੜਾ ਮੈਂ ਪੂਰਾ ਲਿਖਿਆ ਹੋਇਆ ਲੈਕ ਆਫ ਨੋਲਿਜ ਅਬਾਊਟ ਡਿਸੀਜ਼ ਕੰਡੀਸ਼ਨ ਐਸ ਐਵਿਡੈਂਸ ਬਾਈ ਪਰਸਨਲ ਟਾਕਿੰਗ ਜਿਹੜਾ ਐਜ਼ ਐਵਿਡੈਂਸ ਬਾਈ ਇਹਦਾ ਮਤਲਬ ਹੁੰਦਾ ਹੈਗਾ ਦੇ ਆਧਾਰ ਸਬੂਤ ਦੇ ਆਧਾਰ ਤੇ ਇਹ ਲਿਖਣਾ ਜ਼ਰੂਰੀ ਹੁੰਦਾ ਹੈਗਾ ਜਿੱਦਾਂ ਕਿ ਅਕਿਊਟ ਪੇਨ ਰਿਲੇਟਡ ਟੂ ਹੀਮੋਫੀਲੀਆ ਐਜ਼ ਐਵਿਡੈਂਸ ਬਾਈ ਫਿਜ਼ੀਕਲ ਐਗਜ਼ਾਮੀਨੇਸ਼ਨ ਜਾਂ ਪਰਸਨਲ ਟਾਕਿੰਗ ਤੁਸੀਂ ਲਿਖ ਸਕਦੇ ਆ या एज एविडेंस बाय ऑब्जर्वेशन ऑफ अ पेशेंट है ना ਵੀ ਪੇਸ਼ੈਂਟ ਨੂੰ ਆਪਾਂ ਆਬਜ਼ਰਵ ਕੀਤਾ ਵੀ ਉਹਦੇ ਪੇਨ ਹੋ ਰਿਹਾ ਹੈਗਾ ਵੀ ਪੇਸ਼ੈਂਟ ਕੰਫਰਟੇਬਲ ਫੀਲ ਨਹੀਂ ਕਰ ਰਿਹਾ ਹੈਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਹੈਗਾ ਇੰਜਰੀ ਰਿਲੇਟਡ ਟੂ ਹਿਮੋਫੀਰੀਆ ਜਾਂ ਲਿਖ ਸਕਦੇ ਹਾਂ ਰਿਸਕ ਫਾਰ ਇੰਜਰੀ ਐਸ ਐਵਿਡੈਂਸ ਬਾਈ ਫਿਜ਼ੀਕਲ ਐਗਜ਼ਾਮੀਨੇਸ਼ਨ ਅਲਿਮੀਨੇਸ਼ਨ ਅਲਟਰਨੇਸ਼ਨ ਇੰਪੇਅਰਡ ਫਿਜ਼ੀਕਲ ਮੋਬਿਲਿਟੀ ਠੀਕ ਹੈ ਨੈਕਸਟ ਹੈਗਾ ਅਲਟਰਡ ਬੋਡੀ टपरेचर एज एविडेंस बाय परसनल टॉकिंग या एज एविडेंस बाय ऑब्जरवे लो ब्लड सैल काउंट प्लेटलैट लो है ना एज एविडेंस बाय डायग्नोस्टिक एवैल्यूएशन या तो लिख स एज एविडेंस बाय लैब इन्वैसटिगेन हीमोफीलिया ब्लीडिंग फ्रॉम नोज रिस्क फॉर ब्लीडिंग एज एमजर एविडेंस बाय जड़ा ब्लीडिंग फ्रॉम नोज़ एज एविडेंस बाय nose examination ਠੀਕ ਹੈ ਤਾਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਫਰੈਂਡਸ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਨੂੰ ਐਕਸਪਲੇਨੇਸ਼ਨ ਕਰਾਂਗੇ ਅਕੋਰਡਿੰਗ ਟੂ ਪ੍ਰਾਇੋਰਟੀ ਦੇ ਜਿੱਦਾਂ ਕਿ ਜਿਹੜੀ ਡਿਸੀਜ਼ ਕੰਡੀਸ਼ਨ ਦੇ ਡਾਇਗਨੋਸ ਹੁੰਦੇ ਆ ਹਨਾ ਜਿਵੇਂ ਐਂਗਜ਼ਾਇਟੀ ਰਿਲੇਟਡ ਟੂ ਹਿਮੋਫੀਲੀਆ ਐਜ਼ ਐਵਿਡੈਂਸ ਬਾਈ ਪਰਸਨਲ ਟਾਕਿੰਗ ਹਣਾ ਜਿਹੜੇ ਹੋਗੇ ਐਂਗਜ਼ਾਇਟੀ ਹੋ ਗਿਆ ਲੈਕ ਆਫ ਨੋਲੇਜ ਅਕਿਊਟ ਪੇਨ ਹਣਾ ਇੱਕ ਇੱਕ ਹੋ ਗਿਆ ਇੰਬੈਲੈਂਸ ਨਿਊਟ੍ਰੀਸ਼ਨਲ ਪੈਟਰਨ ਇਹ ਕਾਮਨ ਜੇ ਹੁੰਦੀ ਹੈ ਜਿਹੜੇ ਅਸੀਂ ਹਰੇਕ ਦੇ ਵਿੱਚ ਲਿਖ ਸਕਦੇ ਹੁਣੇ ਲੈਕ ਆਫ ਨੋਲੇਜ ਤੇ ਅਲਟਰਡ ਨਿਊਟ੍ਰੀਸ਼ਨਲ ਪੈਟ ਹਣਾ ਹਨਾ ਵੀ ਨਿਊਟ੍ਰੀਸ਼ਨਲ ਪੈਟਰਨ ਸਹੀ ਨਹੀਂ ਹੈਗਾ ਉਹ ਤਾਂ ਅਸੀਂ ਹਰੇਕ ਦੇ ਵਿੱਚ ਲਿਖ ਸਕਦੇ ਹੁੰਦੇ ਹਾਂ ਹਨਾ ਜਿਹੜਾ ਬਾਡੀ ਟੈਂਪਰੇਚਰ ਵਾਲਾ ਹੈਗਾ ਇਨਕਰੀਜ਼ ਬਾਡੀ ਟੈਂਪਰੇਚਰ ਤੇ ਪੇਨ ਵਾਲਾ ਇਹ ਅਸੀਂ ਥੋੜੇ ਡਿਸੀਜ਼ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਲਿਖ ਸਕਦੇ ਹੁੰਦੇ ਆ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੂੰਗੀ ਵੀ ਕਿਹੜਾ ਡਾਇਗਨੋਸ ਅਸੀਂ ਹਰੇਕ ਵੀਡੀਓ ਹਰੇਕ ਦੇ ਵਿੱਚ ਲਿਖ ਸਕਦੇ ਹੈਗੇ ਠੀਕ ਹੈ ਰੀਅਰ ਹੁੰਦੇ ਹੈਗੇ ਜਿਹੜੇ ਤੋਂ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਦੀ ਐਕਸਪਲੇਨੇਸ਼ਨ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ